ਹਾਂ ਸਿੰਮੂ, ਮੈਂ ਕਹਿ ਰਹੀ ਹਾਂ ਵੀ ਤੂੰ ਮਤਲਬ ਕਿ ਆਪਣੇ ਗੁਰਦੁਆਰੇ ਦੇ ਸਰਟੀਫਿਕੇਟ ਨੂੰ ਵੀ ਲੀਗਲ ਨਹੀਂ ਮੰਨ ਰਹੀ। ਮੇਰੇ ਭਾਂਜੇ ਕੋਲ ਸਿਰਫ 3 ਕਿੱਲੇ ਬਾਹ ਹੁੰਦੇ ਨੇ ਜੀ, 1.5 ਕਿੱਲਾ ਵਿਕ ਚੁੱਕਿਆ ਗਾ, ਦੱਸੋ ਕਾਹਤੇ ਗੁਜ਼ਾਰਾ ਕਰਨਗੇ, ਦੁੱਧ ਪਾ ਕੇ ਗੁਜ਼ਾਰਾ ਕਰਦੇ ਨੇ। ਆਹ 10,000 ਦਾ ਸਮਾਨ, ਆਹ ਕਰੋਕਰੀ ਦਾ ਸਮਾਨ, ਕਿੰਨੇ ਕਿੰਨੇ ਬਿੱਲ ਪਏ ਨੇ ਸਾਰੇ ਸਾਡੇ ਕੋਲ। ਤੂੰ ਇਹ ਸੱਚ ਦੱਸ, ਤੂੰ ਇਸ ਗੱਲ ਨੂੰ ਝੂਠ ਮੰਨਦੀ ਆ ਵੀ ਤੂੰ ਨਾਲ ਲੈ ਕੇ ਆਈ ਸੀ ਜਾ ਕੇ? ਹਾਂਜੀ ਆਂਟੀ, ਕੀ ਨਾਮ ਹੈ ਤੁਹਾਡਾ? ਮੇਰਾ ਨਾਮ ਜੀ ਸਿਮਰਨਜੀਤ ਕੌਰ। ਆਂਟੀ, ਕੀ ਗੱਲਬਾਤ ਹੋਈ ਹੈ, ਨੂੰਹ ਰਾਣੀ ਕਿਵੇਂ ਠੱਗੀ ਮਾਰ ਗਈ ਤੁਹਾਨੂੰ? ਬਸ ਬੇਟੇ, ਬਾਹਰ ਜਾ ਕੇ ਮਤਲਬ ਕਿ ਵੀ ਮੁੱਕਰ ਗਈ, ਸਾਨੂੰ ਸੁਪਨੇ ਦਿਖਾ ਕੇ ਮੁੱਕਰ ਗਈ ਵੀ ਮੈਂ ਕੁਲਵਿੰਦਰ ਨੂੰ ਬਾਹਰ ਲੈ ਕੇ ਜਾਊਂਗੀ। ਕੁਲਵਿੰਦਰ ਕੌਣ ਤੁਹਾਡਾ ਬੇਟਾ? ਹਾਂ, ਮੇਰਾ ਬੇਟਾ ਜੀ ਕੁਲਵਿੰਦਰ। ਹਾਂ, ਸਾਨੂੰ ਵੱਡੇ ਵੱਡੇ ਸੁਪਨੇ ਦਿਖਾ ਕੇ ਭੱਗ ਗਈ ਵੀ ਤੁਸੀਂ ਮੇਰੇ 'ਤੇ। ਬ੍ਰਿੰਮਟਨ 'ਚ ਜੀ? ਹਾਂ, ਕਨੇਡਾ ਬ੍ਰਿੰਮਟਨ 'ਚ ਰਹਿ ਰਹੀ ਹੈ ਜੀ ਹੁਣ। ਹਾਂ, ਅਤੇ ਵਧੀਆ, ਬਸ ਆਪਦਾ ਉਹਨੇ ਆਪਦਾ ਲੋਟ ਦੇਖ ਲਿਆ ਜੀ, ਆਪਦਾ ਵਧੀਆ ਕੰਮ 'ਤੇ ਲੱਗੀ ਆ, ਗੱਡੀਆਂ 'ਚ ਜਾਂਦੀ ਆ ਆਉਂਦੀ ਆ, ਜਿਨ੍ਹਾਂ ਦੇ ਘਰ ਰਹਿ ਰਹੀ ਆ, ਵਧੀਆ ਐਸ ਕਰ ਰਹੀ ਹੈ, ਸਾਨੂੰ ਵਿਪਤਾ ਦੇ ਵਿੱਚ ਪਾ ਕੇ ਭੱਗ ਗਈ ਜੀ। ਹਾਂ, ਸਾਡੀ ਜ਼ਮੀਨ ਜਾਇਦਾਦ ਵਿਕਿਆ ਕੇ ਭੱਗ ਗਈ, ਹੁਣ ਉਹਨੇ ਸਾਤੋਂ ਕੀ ਲੈਣਾ ਗਾ ਜੀ। ਹਾਂ, ਕਦੋਂ ਮੈਰਿਜ ਕਦੋਂ ਹੋਈ ਸੀ? ਮੈਰਿਜ ਜੀ ਉਹਦੀ 17 ਜੂਨ ਜੀ 2023। ਹਾਂ ਜੀ, ਬਸ ਉਦੋਂ ਬਾਅਦ ਮਤਲਬ ਕਿ 31 ਅਗਸਤ ਨੂੰ ਉਹ ਚਲੀ ਗਈ ਸੀ ਜੀ। ਨਾ ਨਾ ਰਾਜੇ, ਕੋਈ ਪੈਸੇ ਨਹੀਂ ਭੇਜੇ ਹੈਗੇ ਉਹਨੇ, ਉਹਨੇ ਤਾਂ ਕੋਈ ਸੁੱਖ ਸੀਰ ਨਹੀਂ। ਵਾਅਦੇ ਕਰਕੇ ਜਿਵੇਂ ਵੀ ਹੁਣ ਉਹ ਕਿਤੇ ਵੀ ਮੇਰੀ ਆਵਾਜ਼ ਸੁਣਦੀ ਆ ਤਾਂ ਉਹ ਕਹਿੰਦੀ ਹੁੰਦੀ ਸੀ, ਮੰਮੀ ਮੈਂ ਆਪਦੀ ਪਹਿਲੀ ਪੇ ਪਾਊਂਗੀ, ਬਾਬੇ ਨਕੋਦਰ ਪਾਊਂਗੀ, ਕੋਟਲੇ ਵਾਲੇ ਬਾਬੇ ਨੂੰ ਪਾਊਂਗੀ ਸੀ, ਇੱਦਾਂ ਦੇ ਪਾਊਂਗੀ, ਕਿਸੇ ਸਾਰੀਆਂ ਗੱਲਾਂ 'ਤੇ ਪਾਣੀ ਫੇਰ ਗਈ ਜੀ ਸਾਡੇ। ਖਿਲਾਫ ਤੁਸੀਂ ਕੀ ਕਾਰਵਾਈ ਕਰਵਾਈ ਹੈ ਲੜਕੀ ਸਮੇਤ? ਹਾਂ, ਮਤਲਬ ਕਿ ਅਸੀਂ ਨੇ ਜੀ ਉਹਨਾਂ ਦੇ ਖਿਲਾਫ ਪਰਚਾ ਦਰਜ ਕਰਵਾਇਆ ਜੀ, ਹੋ ਗਿਆ ਜੀ ਪਰਚਾ ਉਹਨਾਂ 'ਤੇ, 420 ਦਾ ਅਤੇ 120 ਦਾ ਜੀ। ਹਾਂ, ਉਹਨਾਂ ਦੇ ਪਰਿਵਾਰ ਦੇ ਮਤਲਬ ਕਿ ਉਹਦੇ ਮੰਮੀ ਡੈਡੀ 'ਤੇ ਅਤੇ ਉਹਦੇ ਭਰਾ 'ਤੇ ਅਤੇ ਸਿਮਰਨਜੀਤ ਕੌਰ 'ਤੇ ਜੀ। ਠੀਕ ਹੈ, ਅਤੇ ਉਹਨਾਂ ਦੇ ਪਰਿਵਾਰ ਵੱਲੋਂ ਕੋਈ ਸਮਝੌਤੇ ਦਾ ਨਿਯੋਤਾ ਦਿੱਤਾ ਤੁਹਾਨੂੰ? ਨਹੀਂ ਜੀ, ਨਹੀਂ, ਸਾਨੂੰ ਕੋਈ ਸਮਝੌਤੇ ਦਾ ਨਿਯੋਤਾ ਨਹੀਂ ਦਿੱਤਾ ਉਹਨਾਂ ਨੇ, ਉਲਟਾ ਉਹ ਆਪਦੀਆਂ ਜ਼ਮਾਨਤ ਲਵਾਉਂਦੇ ਫਿਰਦੇ ਨੇ ਜੀ। ਉਹ ਕਹਿੰਦੇ ਨੇ ਸਾਨੂੰ ਕੋਈ ਫਰਕ ਨਹੀਂ ਪੈਂਦਾ ਵੀ ਸਾਡੇ 'ਤੇ ਤਾਂ ਪਹਿਲਾਂ ਵੀ 3 ਪਰਚੇ ਨੇ, ਪੈਸਾ ਦੇ ਕੇ ਅਸੀਂ ਬਹੁਤ ਕੁਛ ਕਰ ਸਕਦੇ, ਅਸੀਂ ਪੈਸੇ ਨਾਲ ਆਪਦਾ ਨਾਂ ਕਢਵਾ ਲਾਂਗੇ, ਇਹ ਕਹਿੰਦੇ ਨੇ ਜੀ। ਹਾਂਜੀ, ਇਹ ਗੱਲਾਂ ਜੀ ਜਦੋਂ ਅਸੀਂ ਉਹਨਾਂ ਦੇ ਘਰ ਗਏ ਤਾਂ ਉਦੋਂ ਕਹੀਆਂ ਤੀਆਂ ਵੀ ਸਾਨੂੰ ਪਰਚੇ ਨਾਲ ਕੋਈ ਫਰਕ ਨਹੀਂ ਪੈਂਦਾ। ਅੱਛਾ, ਹਾਂਜੀ, ਕਹਿੰਦੇ ਅਸੀਂ ਤਾਂ ਵੀ ਖਾਤੇ ਸਾਂਝੇ ਦਾ 1 ਕਰੋੜ ਰੁਪਈਆ ਮੁੱਕਰੇ ਹੋਏ ਹਾਂ, ਤੁਹਾਡੇ ਪੈਸੇ ਸਾਡੇ ਲਈ 22-23 ਲੱਖ ਰੁਪਈਆ ਕਿੱਡੀ ਕੁ ਗੱਲ ਆ, ਅਸੀਂ ਤਾਂ 1 ਕਰੋੜ ਰੁਪਈਆ ਹਜ਼ਮ ਕਰ ਗਏ। ਮੁੰਡੇ ਦੀ ਹਾਲਤ ਕਿਵੇਂ ਆ ਹੁਣ? ਲੜਕਾ? ਮੁੰਡਾ ਜੀ ਟੈਨਸ਼ਨ ਦੇ ਵਿੱਚ ਹੈ ਜੀ। ਹਾਂ, ਟੈਨਸ਼ਨ ਦੇ ਵਿੱਚ ਰਹਿੰਦਾ ਗਾ, ਮੰਮੀ ਵੀ ਆਪਣੇ ਘਰ ਨਾਲ ਕੀ ਬਣ ਗਿਆ ਵੀ ਸਿੰਮੂ ਨੂੰ ਮੈਂ ਇੰਨੇ ਵਧੀਆ ਤੋਂ ਵਧੀਆ ਮਹਿੰਗੇ ਤੋਂ ਮਹਿੰਗੇ ਕੱਪੜੇ ਦਵਾਏ, ਸ਼ੋਪਿੰਗਾਂ ਕਰਵਾਈਆਂ, ਉਹਦੇ ਗੈਪ ਕਢਵਾਏ, ਵੀ ਮੈਂ ਉਹਨੂੰ ਇਸ ਤਰ੍ਹਾਂ ਲੈ ਕੇ ਫਿਰਿਆ, ਇੰਨੇ ਸਾਰੇ ਉਹਦੇ ਕੰਮ ਕਰਵਾਏ ਵੀ ਉਹ ਮੈਨੂੰ ਐਡਾ ਵੱਡਾ ਧੋਖਾ ਦੇ ਗਈ ਵੀ ਮੰਮੀ ਮੇਰਾ ਕਿਤੇ ਜੀ ਨਹੀਂ ਲੱਗਦਾ ਜੀ, ਘਰੋਂ ਬਾਹਰ ਰਹਿੰਦਾ ਗਾ, ਜੇ ਆਉਂਦਾ ਤਾਂ ਰਾਤ ਨੂੰ ਘਰੇ ਆਉਂਦਾ ਜੀ। ਐਡਾ ਉਹਨੂੰ ਜੀ ਮੋਬਾਈਲ ਲੈ ਕੇ ਦਿੱਤਾ, ਮੋਬਾਈਲ ਦਾ ਵੀ ਮੋਬਾਈਲ ਦੀ ਗੱਲ ਜੀ ਅਸੀਂ ਕਹਿਣਾ ਭੁੱਲ ਗਏ, ਮੋਬਾਈਲ ਲੈ ਕੇ ਦਿੱਤਾ ਜੀ, ਮੋਬਾਈਲ ਕਹਿੰਦੀ ਵੀ ਤੁਸੀਂ ਮੈਨੂੰ ਮੋਬਾਈਲ ਤੁਸੀਂ ਨੇ ਨਹੀਂ ਲੈ ਕੇ ਦਿੱਤਾ, ਕਹਿੰਦੀ ਮੋਬਾਈਲ ਮੈਨੂੰ। ਹਾਂ, 65-70 ਹਜ਼ਾਰ ਦਾ ਜੀ ਮੇਰੇ ਬੇਟੇ ਨੇ ਮੋਬਾਈਲ ਲੈ ਕੇ ਦਿੱਤਾ ਉਹਨੂੰ ਜੀ। ਹਾਂਜੀ, ਨਹੀਂ ਨਹੀਂ ਜੀ, ਪ੍ਰੈਸ਼ਰ ਕੋਈ ਨਹੀਂ ਸੀਗਾ ਜੀ, ਜੇ ਮਤਲਬ ਕਿ ਆਪਾਂ ਉਹਨੂੰ ਕਹਿੰਦੇ ਤੇ ਵੀ ਬੇਟਾ ਇੱਥੇ ਤੇਰੇ ਖਰਚੇ ਤੈਨੂੰ ਇੱਥੋਂ ਅਸੀਂ ਕਿਵੇਂ ਪਾਵਾਂਗੇ ਜੀ, ਅਸੀਂ ਐਡੇ ਕੋਈ ਅਮੀਰ ਨਹੀਂ ਹੈਗੇ ਜੀ, ਅਸੀਂ ਛੋਟੇ ਮੋਟੇ ਕਿਸਾਨ ਹਾਂ ਜੀ। ਹਾਂ, ਜਿਹੜੀ ਮੈਰਿਜ ਹੋਈ ਸੀ ਉਹ ਪੂਰੀ ਕਾਨੂੰਨੀ ਕਾਰਵਾਈ ਤਹਿਤ ਹੋਈ ਸੀ ਤੁਹਾਡੀ, ਜਿਵੇਂ ਆਪਾਂ ਕਹਿੰਦੇ ਹਾਈ ਕੋਰਟ ਮੈਰਿਜ ਹੋਈ ਸੀ ਜਾਂ ਕਿਵੇਂ? ਨਾ ਜੀ, ਨਾ, ਮਤਲਬ ਕਿ ਗੁਰਦੁਆਰਾ ਸਾਹਿਬ ਦੇ ਆਨੰਦ ਕਾਰਜ ਹੋਏ ਸੀਗੇ ਜੀ, ਉਹਦੇ ਮਤਲਬ ਕਿ ਕੋਰਟ ਮੈਰਿਜ ਜੀ ਉਹਨੇ ਕਰਾਉਣ ਆਉਣਾ ਸੀਗਾ। ਅੱਛਾ, ਹਾਂ, ਕੋਰਟ ਮੈਰਿਜ ਕਰਾਉਣ ਆਉਣਾ, ਤਾਂ ਕਹਿੰਦੀ ਮੰਮੀ ਜਦੋਂ ਮੇਰੀ 1 ਸਾਲ ਦੀ ਸਟੱਡੀ ਪੂਰੀ ਹੋ ਗਈ ਵੀ ਉਦੋਂ ਮੈਂ ਮੈਰਿਜ ਕਰਾਉਣ ਆਊਂਗੀ ਕੋਰਟ ਮੈਰਿਜ, ਵੀ ਫਿਰ ਆਪਾਂ ਕੁਲਵਿੰਦਰ ਨੂੰ ਬੁਲਾਵਾਂਗੇ, ਪਰ ਬੁਲਾ ਹੁਣ ਇਸ ਤਰੀਕੇ ਨਾਲ ਰਹੀ ਤੀ ਵੀ ਕਹਿੰਦੀ ਵੀ ਤੁਹਾਡਾ ਮੁੰਡਾ ਉਰੇ ਲਿਆ ਕੇ ਛੱਡਣਾ, ਇੱਕ ਵਾਰੀ ਵਿਜ਼ਟਰ ਵੀਜ਼ੇ 'ਤੇ ਲਿਆ ਕੇ ਛੱਡ ਦੂੰਗੀ। ਇਸ ਤਰ੍ਹਾਂ ਦੇਖਦਾ ਆਂਟੀ, ਇਹ ਦਿਨੋਂ ਦਿਨ ਜਿਹੜੀ ਵਾਰਦਾਤਾਂ ਨੇ ਵਧਦੀਆਂ ਜਾ ਰਹੀਆਂ ਨੇ, ਜਿਵੇਂ ਨੂੰਹ ਰਾਣੀਆਂ ਵਿਦੇਸ਼ ਜਾ ਕੇ
ਮੁੱਕਰ ਜਾਂਦੀਆਂ ਨੇ। ਕੀ ਤੁਸੀਂ ਉਹਨਾਂ ਨੌਜਵਾਨਾਂ ਨੂੰ ਸੇਧ ਦੇਣਾ ਚਾਹੁੰਦੇ ਹੋ ਕਿਉਂਕਿ ਤੁਹਾਡਾ ਲੜਕਾ ਵੀ ਇਸ ਠੱਗੀ ਦਾ ਸ਼ਿਕਾਰ? ਹਾਂਜੀ ਹਾਂਜੀ ਹਾਂਜੀ, ਇਹੀ ਸੁਨੇਹਾ ਦੇਣਾ ਚਾਹੁੰਦੀ ਹਾਂ ਵੀ ਭਾਈ ਬਹੁਤ ਸਮਝ ਸੋਚ ਕੇ ਜੇ ਕਿਸੇ 'ਤੇ ਆਪਾਂ ਪੈਸਾ ਲਾਉਂਦੇ ਹਾਂ, ਆਹ ਸਾਡੀ ਹਾਲਤ ਕਣੀ ਦੇਖ ਕੇ ਬਹੁਤ ਸੋਚ ਸਮਝ ਕੇ ਪੈਸਾ ਲਾਓ, ਅਗਲੇ ਤੋਂ ਤਸੱਲੀ ਪੂਰੀ ਲਓ, ਅਗਲੇ ਦੇ ਕੋਈ ਜ਼ਮੀਨ ਦੇ ਕਾਗਜ਼ ਲਓ, ਨੌਂ ਕਰਵਾਓ। ਪਹਿਲੀ ਗੱਲ ਤਾਂ ਆਪਦੇ ਬੱਚੇ ਨੂੰ ਆਪ ਤੋਰੋ ਜੀ, ਮੈਂ ਤਾਂ ਇਹੀ ਹੱਥ ਬੰਨ ਕੇ ਸਭ ਨੂੰ ਬੇਨਤੀ ਕਰ ਰਹੀ ਹਾਂ ਵੀ ਕੋਈ ਵੀ ਸਾਡੇ ਵਾਲੀ ਠੱਗੀ ਵਿੱਚ ਨਾ ਆਵੋ ਜਿਵੇਂ ਸਾਡੇ ਨਾਲ ਬਣੀ ਹੈ ਜੀ। ਹੁਣ ਤੁਸੀਂ ਕੀ ਗੁਹਾਰ ਲਗਾਉਣਾ ਚਾਹੁੰਦੇ ਹੋ ਸਾਡੇ ਮੀਡੀਆ ਦੇ ਮਾਧਿਅਮ ਰਾਹੀਂ, ਕੀ ਕਾਰਵਾਈ ਹੋਣੀ ਚਾਹੀਦੀ ਉਹਨਾਂ ਦੇ ਖਿਲਾਫ? ਹਾਂਜੀ, ਅਸੀਂ ਤਾਂ ਇਹੀ ਕਹਿੰਦੇ ਹਾਂ ਵੀ ਜੀ ਉਹ ਬੰਦੇ ਫੜੇ ਜਾਣ ਜੀ, ਉਹ ਕੁੜੀ ਰਿਪੋਰਟ ਕੀਤੀ ਜਾਵੇ ਕੈਨੇਡਾ ਤੋਂ, ਜਿਵੇਂ ਅਸੀਂ ਫਿਰਦੇ ਹਾਂ ਜੀ, ਮਤਲਬ ਕਿ ਮੇਰਾ ਬੇਟਾ ਉਰੇ ਫਿਰਦਾ, ਉਹ ਵੀ ਉਰੇ ਇਸ ਤਰ੍ਹਾਂ ਹੀ ਫਿਰੇ। ਜੇ ਜੀ ਉਹਨਾਂ 'ਚ ਐਡਾ ਵੱਡਾ ਦਮ ਸੀਗਾ ਤਾਂ ਆਪਦੀ ਕੁੜੀ ਨੂੰ ਉਹ ਆਪ ਤੋਰ ਦੇ ਜੀ। ਸਾਡੀ ਜ਼ਮੀਨ ਕਿਉਂ ਵਿਕਾਈ ਜੀ ਉਹਨਾਂ ਨੇ? ਸਾਡੀ ਜ਼ਮੀਨ ਜਾਇਦਾਦ ਕਿਉਂ ਵਿਕਾਈ ਜੀ ਉਹਨਾਂ ਨੇ? ਆਪਦੀ ਧੀ ਨੂੰ ਆਪ ਤੋਰ ਦੇ ਜੀ, ਉਹਨਾਂ ਦਾ ਪੇਸਾ ਹੈਗਾ ਇਹ ਜੀ ਵੀ ਮਤਲਬ ਕਿ ਸਾਡੀ ਜ਼ਮੀਨ ਜਾਇਦਾਦ ਵਿਕਾ ਕੇ ਹੁਣ ਜੀ ਮੁੱਕਰ ਗਏ ਉਹ। ਕਾਰਵਾਈ ਹੋਣੀ ਚਾਹੀਦੀ ਸਖ਼ਤ ਤੋਂ ਸਖ਼ਤ ਜੀ। ਅੰਕਲ ਜੀ ਕੀ ਨਾਮ ਹੈ ਤੁਹਾਡਾ? ਨੈਤ ਸਿੰਘ ਜੀ। ਕੀ ਨਾਮ ਲੱਗੇ? ਕੁਲਵਿੰਦਰ ਸਿੰਘ ਜੀ, ਮੇਰਾ ਬੇਟਾ ਤੀ, ਉਪਲੀ ਸੰਗੂਰ ਲਵੇ ਵਿਆਹਿਆ ਤੀ ਜੀ, ਕੁੜੀ ਬਾਹਰੇ ਧੋਰੀ ਤੀ। ਕੀ ਨਾਮ ਲੜਕੀ ਦਾ? ਸਿਮਰਨਜੀਤ ਜੀ। ਅਤੇ ਬਾਹਰੇ ਜਾ ਕੇ ਮੁੱਕਰ ਗਈ ਜੀ, ਨੰਬਰ ਬਲੋਕ 'ਚ ਪਾਤਾ ਉਹਨੇ, ਅਤੇ ਮੈਂ ਤਾਂ ਵਾਹਣ ਵੇਚ ਕੇ ਤੋਰੀ ਤੀ ਜੀ ਵੀ ਬੇਟੇ ਨੂੰ ਲੈ ਜੂਗੀ, ਨਾ ਬੇਟੇ ਨੂੰ ਲੈ ਕੇ ਗਈ, ਇਹਨੇ ਬਲੋਕ 'ਚ ਨੰਬਰ ਪਾਤਾ ਵੀ ਮੈਨੂੰ ਕੋਈ ਫਰਕ ਨਹੀਂ ਪੈਂਦਾ, ਮੇਰਾ ਕੋਈ ਕੁਛ ਨਹੀਂ ਕਰ ਸਕਦਾ ਵੀ ਇਹੀ ਜੀ ਨੂੰ ਬਾਹਰੋਂ ਭੇਜਿਆ ਜਾਵੇ ਰੋਬੋਟ ਕਰਕੇ ਉਹਨੂੰ ਜੀ। ਹਾਂ ਠੀਕ ਹੈ। ਕੋਈ ਪੈਸਾ ਨਹੀਂ ਭੇਜਿਆ, ਨਹੀਂ ਕੁਛ ਨਹੀਂ ਭੇਜਿਆ ਹੈਗਾ ਜੀ। ਹਾਂ, ਉਹਦੇ ਮਾਂ ਪਿਓ ਵੀ ਨਹੀਂ ਮੰਨੇ, ਉਹ ਕਹਿੰਦੇ ਨਾ ਕੋਈ ਪੈਸਾ ਦੀ ਇਹ 'ਚ, ਕੁਛ ਨਹੀਂ ਦੇ ਸਕਦੇ। ਇਹ ਉਹਨਾਂ ਦੇ ਕਾਨੂੰਨ ਕਾਰਵਾਈ ਹੋ ਜਾਏ ਜੀ। ਹੁਣ ਤੁਸੀਂ ਕੋਈ ਪਰਚਾ ਦਰਜ ਕਰਾਇਆ? ਹਾਂ ਜੀ, ਉਹਨਾਂ ਦੇ ਪਰਚਾ ਦਰਜ ਕਰਾਇਆ ਹੋਇਆ ਜੀ। ਠੀਕ ਹੈ। ਸੋ ਕੋਈ ਕਿਸੇ ਹਿਸਾਬ ਦੀ ਕੋਈ ਅਰੈਸਟ ਪਈ ਆ ਉਹਨਾਂ ਦੇ? ਅਰੈਸਟ? ਹਾਂ, ਅਰੈਸਟ ਪਊਗੀ ਜੀ। ਠੀਕ ਹੈ। ਹਾਂ ਜੀ, ਅਤੇ ਜੇਲ੍ਹ ਭੇਜੇ ਜਾਣ ਜੀ ਇਹੋ ਜਿਹੇ ਬੰਦੇ ਜਿਹੜੇ ਨਾ ਕਰੇ ਜੀ। ਕਿਸ ਤਰ੍ਹਾਂ ਦੇਖਦੇ ਤੁਸੀਂ ਆਪਦੀ ਪੈਲੀ ਵੇਚ ਕੇ ਉਹਨਾਂ ਨੂੰ ਵਿਦੇਸ਼ ਭੇਜਿਆ ਅਤੇ ਅੱਜ ਤੁਸੀਂ ਠੱਗੀ ਦਾ ਸ਼ਿਕਾਰ ਹੋ ਗਏ? ਕੀ? ਹਾਂਜੀ, ਠੱਗੀ ਦਾ ਸ਼ਿਕਾਰ ਹੋ ਗਿਆ ਜੀ। ਅਸੀਂ ਐਵੇਂ ਕਹਿੰਦੇ ਹਾਂ ਵੀ ਗਾਹਾਂ ਪਿਛਾਹ ਨੂੰ ਕਿਸੇ ਮੁੰਡੇ ਨਾਲ ਹੋਰ ਨਾਲ ਨਾ ਹੋ ਜਾਵੇ ਇਸ ਤਰ੍ਹਾਂ, ਅਸੀਂ ਇਹਨੂੰ ਵਾਪਸ ਭੇਜਿਆ ਜਾਵੇ ਜਿਹੜੀਆਂ ਇਸ ਤਰ੍ਹਾਂ ਕਰਦੇ ਨੇ ਜੀ। ਹਾਂ ਸਿੰਮੂ, ਮੈਂ ਕਹਿ ਰਹੀ ਹਾਂ ਵੀ ਤੂੰ ਮਤਲਬ ਕਿ ਆਪਣੇ ਗੁਰਦੁਆਰੇ ਦੇ ਸਰਟੀਫਿਕੇਟ ਨੂੰ ਵੀ ਲੀਗਲ ਨਹੀਂ ਮੰਨ ਰਹੀ, ਕਹਿੰਦੀ ਇਹ ਕਿਹੜਾ ਲੀਗਲ ਸਾਦੀ ਵਿਆਹ ਹੋਇਆ ਸਾਡਾ, ਤੂੰ ਗੁਰੂ ਮਹਾਰਾਜ ਦੇ ਮੂਹਰੇ ਲਾਮਾਂ ਲੈਤੀਆਂ ਨੂੰ ਵੀ ਝੂਠਾ ਮੰਨ ਰਹੀ ਹਾਂ। ਜੇ ਤੂੰ ਗੋਰਿਆਂ ਵਾਲੇ ਹਿਸਾਬ ਦੇ ਕੋਰਟ ਮੈਰਿਜ ਕਰਾਉਣੀ ਸੀ ਫਿਰ ਤੂੰ ਇੰਡੀਆ ਆਈ ਕਾਹਤੋਂ ਨਹੀਂ ਮੈਰਿਜ ਕਰਵਾਉਣਾ? ਇਸੇ ਗੱਲ ਦਾ ਤਾਂ ਰੌਲਾ ਸੀ ਵੀ ਤੂੰ ਇੰਡੀਆ ਮੈਰਿਜ ਕਰਵਾਉਣ ਨਹੀਂ ਆ ਰਹੀ ਹੈਗੀ। ਸੱਚ ਦੱਸ, ਜੇ ਦੱਸਦੀ ਹਾਂ ਕਿਸੇ ਨੂੰ ਨਾ ਤਾਂ ਪੂਰਾ ਸੱਚ ਦੱਸ ਵੀ ਮੈਂ ਮੁੱਕ ਰਹੀ ਹਾਂ, ਵੀ ਮੈਂ ਕੋਰਟ ਮੈਰਿਜ ਕਰਾਉਣ ਨਹੀਂ ਜਾਣਾ ਇੰਡੀਆ, ਕਿ ਤੇਰਾ ਬਈ ਉੱਥੇ ਆਪਦਾ ਸਹੀ ਆ ਰਿਹਾ ਗਾ, ਤੂੰ ਵਧੀਆ ਕੰਮ ਕਰ ਰਹੀ ਹਾਂ ਆਪਦਾ, ਵਧੀਆ ਗੱਡੀਆਂ 'ਚ ਘੁੰਮ ਰਹੀ ਹਾਂ, ਤਾਂ ਮੇਰੇ ਮੁੰਡੇ ਤੋਂ ਲੈਣਾ ਕੀ ਆ ਹੁਣ? ਤੂੰ ਆਪਦੀ ਐਸ਼ ਕਰ ਰਹੀ ਹਾਂ, ਸੋਹਣਾ ਖਾਂਦੀ ਹਾਂ ਪੀਂਦੀ ਹਾਂ, ਫ੍ਰੀ 'ਚ ਰਹਿ ਰਹੀ ਹਾਂ ਉਹਨਾਂ ਦੇ ਘਰ ਜਿੱਥੇ ਰਹਿ ਰਹੀ ਹੈਗੀ, ਤੇਰਾ ਆਪਦਾ ਢਾਂਚਾ ਸੈੱਟ ਆ ਗਿਆ, ਤਾਂ ਮੇਰੇ ਮੁੰਡੇ ਤੋਂ ਹੁਣ ਕੀ ਲੈਣਾ? ਤੂੰ ਤਾਂ ਗੁਰੂ ਮਹਾਰਾਜ ਦੀ ਲਾਮਾਂ ਨੂੰ ਵੀ ਝੂਠਾ ਬਣਾਈ ਜਾਂਦੀ ਹਾਂ ਵੀ ਇਹ ਵੀ ਝੂਠ ਨੇਗੀਆਂ, ਹੈਂ? ਤੂੰ ਤਾਂ ਆਰਾਮ ਨਾਲ ਸਾਡਾ ਘਰ ਲਵਾ ਕੇ ਸਾਡੀ ਜ਼ਮੀਨ ਵਿਕਾ ਕੇ ਜਾ ਕੇ ਉੱਥੇ ਬਹਿ ਗਈ, ਤੈਨੂੰ ਹੁਣ ਕੀ ਲੈਣਾ? ਤੂੰ ਹੁਣ ਮੇਰੇ ਮੁੰਡੇ 'ਚ ਕਮੀਆਂ ਲੱਭਦੀਆਂ, ਹੁਣ ਤੇਰੇ 'ਚ ਕੀ ਕਮੀਆਂ ਨੇ? ਤੂੰ ਆਪਦਾ ਵੀ ਤਾਂ ਦੇ ਦੇਣਾ ਕੋਈ ਇੰਟਰਵਿਊ ਕਿਸੇ ਨੂੰ। ਹਾਂ, ਮੈਂ ਤਾਂ ਇਹ ਕਹਿ ਰਹੀ ਹਾਂ ਸਿੰਮੂ ਤੈਨੂੰ ਵੀ ਤੈਨੂੰ 35-35 ਹਜ਼ਾਰ ਦੀਆਂ ਮੈਂ ਸ਼ੋਪਿੰਗਾਂ ਕਰਾਈਆਂ, ਤੈਨੂੰ ਇੰਨੇ ਮਹਿੰਗੇ ਮਹਿੰਗੇ ਕੱਪੜੇ ਦਵਾਏ, ਮੈਂ ਤਾਂ ਕਦੇ 500 ਤੋਂ ਵੱਧ ਸੂਟ ਨਹੀਂ ਖਰੀਦਿਆ, ਤੂੰ ਬ੍ਰਾਂਡ ਦੇ ਕੱਪੜੇ ਖਰੀਦ ਕੇ ਲੈ ਕੇ ਗਈ। ਜਦੋਂ ਤੂੰ ਸਾਡੇ ਘਰ ਆਈ ਸੀ ਤੇਰੇ ਲਵੇ ਕਿਹੜੇ ਕੱਪੜੇ ਸੀ ਪਾਉਣ ਨੂੰ? ਤੈਨੂੰ ਮਹਿੰਗੇ ਮਹਿੰਗੇ ਮੇਰਾ ਪੁੱਤ ਕੱਪੜੇ ਦਵਾ ਕੇ ਲਿਆ, ਤੈਨੂੰ ਗੱਡੀ ਦੇ ਵਿੱਚ ਲੈ ਕੇ ਫਿਰਿਆ, 30-35 ਹਜ਼ਾਰ ਦਾ ਤਾਂ ਅਸੀਂ ਤੇਲ ਫੂਕਤਾ ਤੀ ਤੇਰੇ 'ਤੇ, ਤੈਨੂੰ ਲੈ ਕੇ ਫਿਰਦੇ, ਤੇਰੇ ਗੈਪ ਕਢਾਉਂਦੇ ਫਿਰਦੇ ਤੀ, ਆਹ 10 ਹਜ਼ਾਰ ਦਾ ਸਮਾਨ, ਆਹ ਕਰੋਕਰੀ ਦਾ ਸਮਾਨ, ਕਿੰਨੇ ਕਿੰਨੇ ਬਿੱਲ ਪਏ ਨੇ ਸਾਰੇ ਸਾਡੇ ਕੋਲ, ਤੂੰ ਇਹ ਸੱਚ ਦੱਸ, ਤੂੰ ਇਸ ਗੱਲ ਨੂੰ ਝੂਠ ਮੰਨਦੀ ਆ ਵੀ ਤੂੰ ਨਾਲ ਲੈ ਕੇ ਆਈ ਸੀ ਜਾ ਕੇ? ਤਾਂ ਸਾਡੀ ਗੱਲ ਦਾ ਜਵਾਬ ਦੇ, ਅਸੀਂ ਤੇਰੇ ਤੋਂ ਕਿਤੇ ਕਮੀ ਛੱਡਦੀ ਸੀ, ਅਸੀਂ ਹਰ ਇੱਕ ਸ਼ੌਂਕ ਪੂਰਾ ਕੀਤਾ ਤੇਰਾ, ਹਰ ਇੱਕ ਸ਼ੌਂਕ,
ਕਿੱਥੇ ਕਮੀ ਆ ਪੁੱਤ ਸਾਨੂੰ ਦੱਸ, ਤੂੰ ਅੱਜ ਸਾਡੇ ਮੁੰਡੇ 'ਤੇ ਗਲਤ ਇਲਜ਼ਾਮ ਲਾ ਰਹੀ ਹੈ ਵੀ ਨਸ਼ੇ ਕਰਦਾ, ਨਹੀਂ ਕਰ ਰਿਹਾ ਸਾਡਾ ਮੁੰਡਾ ਨਸ਼ੇ, ਠੀਕ ਹੈ, ਸਾਡੇ ਘਰ ਇੱਕ ਪਰੂਫ ਦਿਓ ਸਾਨੂੰ ਵੀ ਸਾਡਾ ਮੁੰਡਾ ਨਸ਼ੇ ਕਰਦਾ।